ਹਾਂਜੀ ਸਟੂਡੈਂਟਸ, ਵੈਲਕਮ ਕਰ ਦਿੰਦਾ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਲਾਰਡ ਕਾਰਨਵਾਲਿਸ ਦੇ ਸੁਧਾਰ ਕਰਾਂਗੇ। ਹਾਂਜੀ, ਪਹਿਲਾਂ ਤਾਂ ਇੰਟਰੋਡਕਸ਼ਨ। ਲਾਰਡ ਕਾਰਨਵਾਲਿਸ 1786 ਵਿੱਚ ਭਾਰਤ ਦਾ ਗਵਰਨਰ ਜਨਰਲ ਬਣ ਕੇ ਭਾਰਤ ਆਉਂਦਾ ਅਤੇ ਕੁਛ ਉੱਚ ਘਰਾਣੇ ਨਾਲ ਸੰਬੰਧ ਰੱਖਦਾ ਸੀ ਅਤੇ ਉਹ ਉਸਦੇ ਦੇਸ਼ਵਾਸੀ ਉਸਦਾ ਬਹੁਤ ਸਨਮਾਨ ਕਰਦੇ ਸੀ। ਸ਼ੁਰੂ ਵਿੱਚ ਉਹਨੇ ਉਸਦੇ ਸਾਹਮਣੇ ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਸੰਭਾਲਣ ਦਾ ਮਤ ਰੱਖਿਆ ਗਿਆ ਤਾਂ ਉਹਨੇ ਕੁਛ ਇਨਕਾਰ ਕੀਤਾ, ਪਰ ਅਖੀਰ ਦੇ ਵਿੱਚ ਉਹਨੇ ਅਹੁਦਾ ਸਵੀਕਾਰ ਕਰ ਲਿਆ ਅਤੇ ਭਾਰਤ ਆ ਗਿਆ ਅਤੇ ਉਹਨੂੰ ਭਾਰਤ ਦੇ ਗਵਰਨਰ ਜਨਰਲ ਦੇ ਨਾਲ ਨਾਲ ਕਮਾਂਡਰ ਇਨ ਚੀਫ ਦਾ ਅਹੁਦਾ ਵੀ ਦਿੱਤਾ ਗਿਆ। ਇਸ ਤਰ੍ਹਾਂ ਉਹਨੂੰ ਸਧਾਰਨ ਕਾਨੂੰਨੀ ਅਧਿਕਾਰ ਵੀ ਦਿੱਤੇ ਗਏ। ਇੰਨਾ ਹੁੰਦੇ ਵੀ ਉਹਨੇ ਆਪਣੇ ਸ਼ਕਤੀ ਦੀ ਵਰਤੋਂ ਨਾ ਕੀਤੀ ਅਤੇ ਉਹਨੇ ਕਈ ਪ੍ਰਸ਼ਾਸਨਿਕ ਸੁਧਾਰ ਕੀਤੇ ਜਿਨ੍ਹਾਂ ਦਾ ਵਰਣਨ ਆਪਾਂ ਕਰ ਰਹੇ ਹਾਂ। ਜਨਤਕ ਸੁਧਾਰ ਪਹਿਲਾਂ ਉਹਨੇ ਕਿਹੜੇ ਕਿਹੜੇ ਕੀਤੇ? ਹਾਂਜੀ, ਕਾਰਨਵਾਲਿਸ ਦੇ ਆਉਣ ਤੋਂ ਪਹਿਲਾਂ ਕੰਪਨੀ ਦੇ ਕਰਮਚਾਰੀ ਨਿੱਜੀ ਵਪਾਰ ਨਾਲ ਜਿਹੜੇ ਕਿ ਖੂਬ ਮਾਲਾਮਾਲ ਹੋ ਰਹੇ ਸੀ, ਰਿਸ਼ਵਤ ਲੈਂਦੇ ਸੀ ਅਤੇ ਇਸਦਾ ਮੁੱਖ ਕਾਰਨ ਸੀ ਕਿ ਉਹਨਾਂ ਦੀ ਤਨਖਾਹ ਘੱਟ ਸੀ ਤਾਂ ਪੈਨਸ਼ਨਾਂ ਦੀ ਵਿਵਸਥਾ ਵੀ ਨਹੀਂ ਸੀ, ਜਿਸ ਕਰਕੇ ਉਹ ਰਿਸ਼ਵਤ ਲੈਂਦੇ ਸੀ। ਤਾਂ ਕਰਕੇ ਲਾਰਡ ਕਾਰਨਵਾਲਿਸ ਨੇ ਇਹਨਾਂ ਦੀ ਤਨਖਾਹ 30 ਗੁਣਾ ਵਧਾ ਤੀ। ਅਤੇ ਇਸ ਤੋਂ ਇਲਾਵਾ ਇਹਨਾਂ ਨੇ ਇਗਜ਼ਾਮਪਲ ਦਿੱਤੀ ਹੋਈ ਹੈ ਜਿਹਦੇ ਨਾਲ ਜਿਹੜੇ ਕਿ ਪਰਿਵਰਤਨ ਕੀ ਹੋਇਆ, ਉਹਨਾਂ ਨੇ ਬਹੁਤ ਸਾਰੀ ਨੌਕਰੀਆਂ ਨੂੰ ਖਤਮ ਕਰਤਾ ਜੋ ਸਿਰਫ ਸੰਚਾਲਕ ਜਾਂ ਨਿਯੰਤਰਣ ਕੋਰਟ ਦੇ ਮੈਂਬਰਾਂ ਨੂੰ ਖੁਸ਼ ਕਰਨੇ ਰੱਖੀਆਂ ਸੀ। ਅਤੇ ਉਹਨੇ ਕੰਪਨੀ ਦੇ ਸੰਚਾਲਕਾਂ ਨੂੰ ਕਰਮਚਾਰੀ ਤਨਖਾਹ ਵਧਾਉਣ ਲਈ ਮਜਬੂਰ ਕੀਤਾ ਤਾਂ ਉਸਦਾ ਵਿਸ਼ਵਾਸ ਸੀ ਕਿ ਤਨਖਾਹ ਵਧਣ ਤੋਂ ਬਾਅਦ ਕੋਈ ਰਿਸ਼ਵਤ ਨਹੀਂ ਲੈਣਗੇ। ਅਤੇ ਨਿੱਜੀ ਵਪਾਰ 'ਤੇ ਵੀ ਰੋਕ ਲਗਾ ਤੀ ਅਤੇ ਕਾਰਨਵਾਲਿਸ ਨੇ ਭਾਰਤ ਨੂੰ ਉੱਚੇ ਅਹੁਦੇ 'ਤੇ ਨਿਯੁਕਤ ਨਾ ਕੀਤਾ। ਉਹਦੇ ਸ਼ਾਸਨ ਕਾਲ ਵਿੱਚ ਇਹ ਨਿਯਮ ਬਣਾ ਲਿਆ ਕਿ ਕਿਸੇ ਵੀ ਭਾਰਤੀ ਨੂੰ ਦਰੋਗਾ ਜਾਂ ਮੁਨਸ਼ੀ ਤੋਂ ਉੱਚਾ ਅਹੁਦਾ ਨਹੀਂ ਦਿੱਤਾ ਜਾ ਸਕਦਾ ਅਤੇ ਤਨਖਾਹ 500 ਪਾਉਂਡ ਤੋਂ ਵੱਧ ਨਹੀਂ ਹੋ ਸਕਦੀ। ਅੱਗੇ ਹੈਗਾ ਨਿਆਂਇਕ ਸੁਧਾਰ ਹੇਠਲੀਆਂ ਦੀਵਾਨੀ ਅਦਾਲਤਾਂ। ਕਾਰਨਵਾਲਿਸ ਨੇ ਦੀਵਾਨੀ ਅਦਾਲਤਾਂ ਨੂੰ ਲੜੀਵਾਰ ਸਥਾਪਿਤ ਕੀਤਾ। ਸਭ ਤੋਂ ਹੇਠਲੇ ਪੱਧਰ 'ਤੇ ਮੁਨਾਸਿਬ ਦੀ ਅਦਾਲਤ ਸੀ ਜਿਹਦਾ ਮੁਖੀ ਸੀ ਭਾਰਤੀ ਹੁੰਦੇ ਸੀ ਅਤੇ 50 ਰੁਪਏ ਤੱਕ ਦੇ ਮੁਕੱਦਮੇ ਸੁਣ ਸਕਦੇ ਸੀ। ਇਸ ਤੋਂ ਉੱਪਰ ਰਜਿਸਟਰਾਰ ਦੀਆਂ ਅਦਾਲਤਾਂ ਸੀ ਜਿਹੜੇ ਯੂਰਪੀ ਜੱਜਾਂ ਦੇ ਅਧੀਨ ਹੁੰਦੇ ਸੀ, 200 ਰੁਪਏ ਤੱਕ ਦੇ ਮੁਕੱਦਮੇ ਦਾ ਸੁਣਨ ਦਾ ਅਧਿਕਾਰ ਸੀ। ਇਸ ਤੋਂ ਉੱਪਰ ਸੀ ਜ਼ਿਲ੍ਹਾ ਅਦਾਲਤਾਂ, ਜ਼ਿਲ੍ਹਾ ਅਦਾਲਤਾਂ ਹੇਠਲੇ ਜੱਜਾਂ ਦੇ ਅਧੀਨ ਸੀ। ਠੀਕ ਹੈ, ਜ਼ਿਲ੍ਹਾ ਜੱਜ ਹਿੰਦੂ ਅਤੇ ਮੁਸਲਿਮ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ਮੁਕੱਦਮੇ ਦੇ ਫੈਸਲੇ ਕਰਦੇ ਸੀ। ਪ੍ਰਾਂਤਕ ਅਦਾਲਤਾਂ, ਹਾਂਜੀ ਪ੍ਰਾਂਤਾਂ ਵਿੱਚ ਅਦਾਲਤਾਂ ਜਿਨ੍ਹਾਂ ਦੀ ਸਥਾਪਨਾ ਕਲਕੱਤਾ, ਮੁਰਸ਼ਿਦਾਬਾਦ, ਢਾਕਾ ਅਤੇ ਪਟਨਾ ਵਿੱਚ ਕੀਤੀ ਗਈ। ਇਹਨਾਂ ਅਦਾਲਤਾਂ ਦੇ ਜੱਜ ਅੰਗਰੇਜ਼ ਹੁੰਦੇ ਸੀ ਜਿਹੜੇ 1000 ਰੁਪਏ ਤੱਕ ਦੇ ਮੁਕੱਦਮੇ ਵਿਰੁੱਧ ਅਪੀਲਾਂ ਸੁਣਦੇ ਸੀ ਅਤੇ ਸਿੱਧੇ ਵੀ ਮੁਕੱਦਮੇ ਲੈ ਕੇ ਜਾ ਸਕਦੇ ਸੀ ਇਹਨਾਂ ਦੇ ਵਿੱਚ। ਮੁਕੱਦਮੇ ਸੁਣਨ ਤੋਂ ਇਲਾਵਾ ਇਹਨਾਂ ਦਾ ਕੰਮ ਸੀ ਜ਼ਿਲ੍ਹਾ ਅਦਾਲਤਾਂ ਦਾ ਨਿਰੀਖਣ ਕਰਨਾ। ਅੱਗੇ ਹੈਗਾ ਸਦਰ ਦੀਵਾਨੀ ਅਦਾਲਤ। ਅਦਾਲਤਾਂ ਲੜੀ ਦੇ ਉੱਪਰਲੇ ਪੱਧਰ 'ਤੇ ਕਲਕੱਤਾ ਵਿੱਚ ਇੱਕ ਸਦਰ ਦੀਵਾਨੀ ਅਦਾਲਤ ਦੀ ਸਥਾਪਨਾ ਕੀਤੀ ਗਈ। ਖੁਦ ਗਵਰਨਰ ਜਨਰਲ ਅਤੇ ਉਹਦੀ ਪ੍ਰੀਸ਼ਦ ਦੇ ਮੈਂਬਰ ਅਦਾਲਤ ਦੇ ਜੱਜਾਂ ਦੇ ਰੂਪ ਦੇ ਵਿੱਚ ਕੰਮ ਕਰਦੇ ਸੀ। 1000 ਰੁਪਏ ਦੇ ਪ੍ਰਾਂਤਕ ਤਨਖਾਹਾਂ ਦੇ ਪ੍ਰਾਂਤਕ ਅਦਾਲਤਾਂ ਦੇ ਵਿਰੁੱਧ ਅਪੀਲਾਂ ਇਸ ਦੇ ਵਿੱਚ ਹੁੰਦੀਆਂ ਸੀ। ਇਸ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਕਾਨੂੰਨ, ਠੀਕ ਹੈ, ਮੁਕੱਦਮਾ ਸੁਣਨ ਸਮੇਂ ਇਸਲਾਮੀ ਅਤੇ ਹਿੰਦੂ ਦੇ ਕਾਨੂੰਨ, ਹਿੰਦੂਆਂ ਦੇ ਮੁਕੱਦਮੇ ਸੁਣਨ ਸਮੇਂ ਹਿੰਦੂ ਕੋਰਟ ਦੀ ਸਹਾਇਤਾ ਲਈ ਜਾਂਦੀ ਸੀ। ਕਾਨੂੰਨ ਦੀ ਪ੍ਰਭੂਸੱਤਾ ਕਾਰਨਵਾਲਿਸ ਨੇ ਕਾਨੂੰਨ ਸਭ ਤੋਂ ਉੱਚਾ ਅਹੁਦਾ ਪ੍ਰਦਾਨ ਕੀਤਾ। ਕਲਕੱਤਾ ਤੋਂ ਦੂਰ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਯੂਰਪੀ ਲੋਕਾਂ ਨੂੰ ਵੀ ਜ਼ਿਲ੍ਹਾ ਅਦਾਲਤਾਂ ਦੇ ਅਧਿਕਾਰ ਖੇਤਰ ਦਾ ਸਵੀਕਾਰ ਕਰਨਾ ਪੈਂਦਾ ਸੀ। ਫੌਜਦਾਰੀ ਨਿਆਂ ਪ੍ਰਣਾਲੀ ਵਿੱਚ ਵੀ ਅਨੇਕਾਂ ਪਰਿਵਰਤਨ ਕੀਤੇ। ਜ਼ਿਲ੍ਹੇ ਦੀ ਫੌਜਦਾਰੀ ਅਦਾਲਤਾਂ ਤੋਂ ਭਾਰਤੀ ਜੱਜ ਨੂੰ ਹਟਾਇਆ ਗਿਆ। ਜ਼ਿਲ੍ਹਾ ਜੱਜ ਸ਼ਾਂਤੀ ਭੰਗ ਕਰਨ ਵਾਲਿਆਂ ਅਤੇ ਦੂਜੇ ਅਪਰਾਧੀਆਂ ਨੂੰ ਕੈਦ ਕਰਨ ਦਾ ਹੁਕਮ ਜਾਰੀ ਕਰ ਸਕਦਾ ਸੀ ਅਤੇ ਆਪ ਛੋਟੇ ਮੁਕੱਦਮੇ ਸੁਣਦਾ ਸੀ ਪਰ ਵੱਡੇ ਮੁਕੱਦਮੇ ਪ੍ਰਾਂਤਕ ਅਦਾਲਤਾਂ ਨੂੰ ਭੇਜਦਾ ਸੀ। ਪ੍ਰਾਂਤਕ ਅਦਾਲਤਾਂ ਦੇ ਜੱਜ ਸਾਲ ਵਿੱਚ 2 ਵਾਰ ਆਪਣੇ ਇਲਾਕੇ ਦਾ ਦੌਰਾ ਕਰਦੇ ਸੀ ਅਤੇ ਕਾਜ਼ੀ ਅਤੇ ਮੁਫਤੀਆਂ ਦੀ ਸਹਾਇਤਾ ਨਾਲ ਫੌਜਦਾਰੀ ਮੁਕੱਦਮੇ ਦਾ ਫੈਸਲਾ ਕਰਦੇ ਸੀ ਅਤੇ ਉਹ ਮੌਤ ਦੀ ਸਜ਼ਾ ਵੀ ਦੇ ਸਕਦੇ ਸੀ। ਕਾਰਨਵਾਲਿਸ ਕੋਡ, ਕਾਰਨਵਾਲਿਸ ਦੁਆਰਾ ਸਭ ਨਿਆਂ ਸੰਬੰਧੀ ਕਾਰਜਾਂ ਲਈ ਇੱਕ ਕੋਡ ਤਿਆਰ ਕੀਤਾ ਗਿਆ ਸੀ ਸਾਰੇ ਨਿਆਂ ਸੰਬੰਧੀ, ਅਤੇ ਇਹ ਕਾਰਨਵਾਲਿਸ ਦੇ ਕੋਡ ਦੇ ਨਾਲ ਨਾਲ ਪ੍ਰਸਿੱਧ ਹੋਇਆ। ਇਸ ਕੋਡ ਦਾ ਮੁੱਖ ਆਧਾਰ ਸੀ ਸ਼ਕਤੀਆਂ ਦੀ ਵੰਡ। ਕਾਰਨਵਾਲਿਸ ਨੇ ਕਾਰੋ ਗਰਾਉਣ ਦੇ ਕੰਮ ਨੂੰ ਅਤੇ ਦੂਜੇ ਨਿਆਂ ਕੰਮਾਂ ਨੂੰ ਅਲੱਗ ਅਲੱਗ ਕਰਤਾ। ਕਲੈਕਟਰਾਂ ਕੋਲੋਂ ਨਿਆਇਕ ਸੰਬੰਧੀ ਕੰਮ ਲੈ ਲਏ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਜ਼ਿਲ੍ਹਾ ਜੱਜ ਦੇ ਨਵੇਂ ਅਹੁਦੇ ਦੀ ਵਿਵਸਥਾ ਕੀਤੀ ਗਈ। ਪੁਲਿਸ ਦੇ ਵਿੱਚ ਸੁਧਾਰ, ਉਹਨੇ ਜ਼ਿਮੀਂਦਾਰਾਂ ਕੋਲੋਂ ਸਾਰੇ ਪੁਲਿਸ ਅਧਿਕਾਰ ਵਾਪਸ ਲੈ ਲਏ। ਜ਼ਿਮੀਂਦਾਰਾਂ ਨੂੰ ਸੈਨਿਕ ਹਟਾਉਣ ਲਈ ਮਜਬੂਰ ਕੀਤਾ। ਇੱਕ ਅਲੱਗ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ਜਿਹੜੇ ਕਿ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਸੀ। ਹਰੇਕ ਜ਼ਿਲ੍ਹੇ ਨੂੰ ਕਈ ਥਾਣਿਆਂ ਵਿੱਚ ਵੰਡਿਆ ਗਿਆ। ਹਰੇਕ ਥਾਣੇ ਦੇ ਵਿੱਚ ਇੱਕ ਦਰੋਗਾ ਅਧੀਨ ਹੁੰਦਾ ਸੀ, ਥਾਣਾ ਇੱਕ ਦਰੋਗੇ ਦੇ ਅਧੀਨ ਹੁੰਦਾ ਸੀ। ਜ਼ਿਲ੍ਹੇ ਦੇ ਸਾਰੇ ਦਰੋਗਾ ਜ਼ਿਲ੍ਹਾ ਜੱਜਾਂ ਦੇ ਅਧੀਨ ਹੁੰਦੇ ਸੀ। ਜ਼ਿਲ੍ਹਾ ਜੱਜ ਨੂੰ ਬਰਾਮਦ ਕੀਤੇ ਗਏ ਚੋਰੀ ਦੇ ਮਾਲ ਦੀ 10% ਕਮਿਸ਼ਨ ਦੀ ਵਿਵਸਥਾ ਕੀਤੀ ਗਈ ਸੀ।
ਪੁਲਿਸ ਪ੍ਰਬੰਧ ਤੇ ਆਉਣ ਵਾਲੇ ਖਰਚੇ ਨੂੰ ਪੂਰਾ ਕਰਨ ਲਈ ਵੱਡੇ ਵੱਡੇ ਸ਼ਹਿਰਾਂ ਦੀ ਦੁਕਾਨਾਂ ਉੱਤੇ ਮਾਮੂਲੀ ਟੈਕਸ ਲਗਾ ਸਕਦਾ ਸੀ, ਲਗਾ ਦਿੱਤਾ ਗਿਆ। ਬੰਗਾਲ ਦੇ ਵਿੱਚ ਸਥਾਈ ਬੰਦੋਬਸਤ ਕੀਤਾ ਗਿਆ ਸੀ, ਠੀਕ ਹੈ। ਅਤੇ ਮੁਗਲ ਕਾਲ ਵਿੱਚ ਜ਼ਿਮੀਂਦਾਰ ਮਾਲੀਆ ਇਕੱਠਾ ਕਰਦੇ ਸੀ ਅਤੇ ਉਹ ਕੰਮ ਬਹੁਤ ਹੀ ਸਾਦੇ ਢੰਗ ਨਾਲ ਕਰਦੇ ਸੀ। ਰਾਜ ਮਾਲੀਆ ਨਿਸ਼ਚਿਤ ਕਰ ਦਿੰਦਾ ਸੀ ਅਤੇ ਜ਼ਿਮੀਂਦਾਰ ਨਿਸ਼ਚਿਤ ਰਕਮ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਸੀ, ਬਾਕੀ ਤੁਹਾਨੂੰ ਆਪਣੇ ਕੋਲ ਰੱਖਦੇ ਸੀ। ਅਤੇ ਇਸ ਬੁਰਾਈ ਦੇ ਵਿੱਚ ਇਹ ਸੀ ਕਿ ਜ਼ਿਮੀਂਦਾਰ ਆਪਣੀ ਆਮਦਨ ਨੂੰ ਵਧਾਉਣ ਲਈ ਵੱਧ ਤੋਂ ਵੱਧ ਟੈਕਸ ਲੈਂਦੇ ਸੀ। ਤਾਂ 1765 ਵਿੱਚ ਅੰਗਰੇਜ਼ਾਂ ਨੂੰ ਬੰਗਾਲ ਵਿਹਾਰ ਉੜੀਸਾ ਦੀ ਦੀਵਾਨੀ ਮਿਲੀ ਤਾਂ ਉਹਨਾਂ ਨੇ ਵੀ ਭੂਮੀ ਦਾ ਪੁਰਾਣਾ ਪ੍ਰਬੰਧ ਜਾਰੀ ਰੱਖਿਆ। ਵਾਰਨ ਹੈਸਟਿੰਗਜ਼ ਨੇ ਇਸੇ ਪ੍ਰਬੰਧ ਵਿੱਚ ਕੁਝ ਸੁਧਾਰ ਕੀਤੇ ਪਰ ਉਹ ਸਫਲ ਨਾ ਹੋਇਆ ਅਤੇ ਉਸਨੇ ਭੂਮੀ ਉਹਨਾਂ ਲੋਕਾਂ ਨੂੰ ਠੇਕੇ ਦੇਣੀ ਸ਼ੁਰੂ ਕੀਤੀ ਜੋ ਵੱਧ ਤੋਂ ਵੱਧ ਬੋਲੀ ਦਿੰਦੇ ਸੀ। ਤਾਂ 1772 ਈਸਵੀ ਵਿੱਚ ਇਹ ਪ੍ਰਬੰਧ ਜਿਹੜੀ ਕਿ 5 ਸਾਲ ਲਈ ਕੀਤਾ ਗਿਆ, 77 ਈਸਵੀ ਦੇ ਵਿੱਚ ਇਹ ਅਸਫਲ ਹੋ ਗਏ। ਤਾਂ 1784 ਵਿੱਚ ਪਾਰਲੀਮੈਂਟ ਦੇ ਇੱਕ ਐਕਟ ਦੁਆਰਾ ਭੂਮੀ ਦੇ ਸਲਾਨਾ ਬੰਦੋਬਸਤ ਦੀ ਥਾਂ 'ਤੇ ਸਥਾਈ ਬੰਦੋਬਸਤ ਕਰਨ ਦਾ ਹੁਕਮ ਜਾਰੀ ਕੀਤਾ। ਜਦੋਂ ਕਰਨ ਵਾਲੇ ਨੇ ਭਾਰਤ ਆ ਕੇ ਦੇਖਿਆ ਸੀ ਕਿ ਇੱਥੇ ਵਪਾਰ ਅਤੇ ਖੇਤੀ ਦੀ ਹਾਲਤ ਬਹੁਤ ਖਰਾਬ ਹੈ ਤਾਂ ਉਹਨੇ ਭੂਮੀ ਦਾ ਸੁਧਾਰ ਕਰਨ ਦਾ ਕੰਮ ਸਰਜਾਨ ਸ਼ੋਰ ਦੇ ਹੱਥਾਂ ਵਿੱਚ ਦਿੱਤਾ। ਸਰਜਾਨ ਸ਼ੋਰ ਦੀ ਸਲਾਹ 'ਤੇ ਕਰਨ ਵਾਲੇ ਨੇ 10 ਸਾਲਾਂ ਬੰਦੋਬਸਤ ਜਾਰੀ ਕੀਤਾ ਅਤੇ 1793 ਈਸਵੀ ਵਿੱਚ ਸਥਾਈ ਬੰਦੋਬਸਤ ਲਾਗੂ ਕੀਤਾ ਗਿਆ ਅਤੇ ਭੂਮੀ ਅਤੇ ਜ਼ਿਮੀਂਦਾਰਾਂ ਦੇ ਘਰ ਹੋ ਗਏ। ਬੰਦੋਬਸਤ ਬੰਗਾਲ ਵਿਹਾਰ ਉੜੀਸਾ ਵਿੱਚ ਸੀ। ਵਪਾਰ ਦੇ ਵਿੱਚ ਸੁਧਾਰ ਕੀਤੇ। 1774 ਵਿੱਚ ਕੰਪਨੀ ਵਾਸਤੇ ਮਾਲ ਖਰੀਦਣ ਲਈ ਇੱਕ ਵਪਾਰਿਕ ਕੋਡ ਦਾ ਗਠਨ ਕੀਤਾ ਗਿਆ। 78 ਈਸਵੀ ਵਿੱਚ ਇਸ ਬੋਰਡ ਨੇ ਆਪ ਮਾਲ ਖਰੀਦਣ ਦੀ ਬਜਾਏ ਵੱਖ ਵੱਖ ਅੰਗਰੇਜ਼ ਰੈਜੀਮੈਂਟਾਂ ਨੂੰ ਮਾਲ ਖਰੀਦਣ ਦਾ ਠੇਕਾ ਦੇਣਾ ਸ਼ੁਰੂ ਕੀਤਾ। ਮਾਲ ਖਰੀਦਣ ਦੀ ਪ੍ਰਣਾਲੀ ਬਹੁਤ ਦੋਸ਼ਪੂਰਨ ਸਿੱਧ ਹੋਈ। ਅੰਗਰੇਜ਼ ਰੈਜੀਡੈਂਟ ਭਾਰਤੀ ਜ਼ਿਮੀਂਦਾਰਾਂ ਸੌਦਾਗਰਾਂ ਉੱਤੇ ਦਬਾਅ ਪਾ ਕੇ ਉਹਨਾਂ ਕੋਲੋਂ ਸਸਤੀ ਕੀਮਤ 'ਤੇ ਮਾਲ ਖਰੀਦ ਲੈਂਦੇ ਸੀ ਅਤੇ ਚੰਗਾ ਮਾਲ ਆਪਣੇ ਲਈ ਰੱਖ ਕੇ ਘਟੀਆ ਮਾਲ ਕੰਪਨੀ ਨੂੰ ਭੇਜ ਦਿੰਦੇ ਸੀ, ਠੀਕ ਹੈ। ਕਰਨ ਵਾਲੇ ਨੇ ਮਾਲ ਖਰੀਦਣ ਦੀ ਇਸ ਪ੍ਰਣਾਲੀ ਨੂੰ ਖਤਮ ਕਰਕੇ ਸਿੱਧੇ ਜ਼ਿਮੀਂਦਾਰਾਂ ਅਤੇ ਸੌਦਾਗਰਾਂ ਕੋਲੋਂ ਮਾਲ ਖਰੀਦਣ ਦੀ ਵਿਵਸਥਾ ਕੀਤੀ। ਸੋ ਇਸ 'ਤੇ ਲਾਰਡ ਕਰਨ ਵਾਲੇ ਦੇ ਸੁਧਾਰ। ਥੈਂਕਸ।